ਸਤਿ ਸ਼੍ਰੀ ਅਕਾਲ ਜੀ, ਅਸੀਂ ਇਸ ਵਕਤ ਪਿੰਡ ਸਰਾਭਾ ਦੇ ਵਿੱਚ ਖੜੇ ਹਾਂ, ਜਿਹੜਾ ਕਿ ਸਰਾਭਾ ਪਿੰਡ ਬਾਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜੱਦੀ ਪਿੰਡ ਹੈ। ਇਸ ਪਿੰਡ ਦੇ ਵਿੱਚ ਉਹਨਾਂ ਦੀ ਇੱਕ ਵੱਡੀ ਜਿਹੜੀ ਯਾਦਗਾਰ ਵੀ ਹੈ ਜਿਹੜੀ ਬਣਾਈ ਗਈ ਹੈ, ਔਰ ਇਹਨਾਂ ਦੇ ਘਰ ਨੂੰ ਇੱਕ ਵਿਰਾਸਤੀ ਘਰ ਦਾ ਦਰਜਾ ਵੀ ਦਿੱਤਾ ਗਿਆ। ਇਹ ਹੱਥ ਤੁਸੀਂ ਦੇਖ ਸਕਦੇ ਹਾਂ ਕਿ ਜਿਹੜਾ ਬੋਰਡ ਲੱਗਿਆ ਉਹਨਾਂ ਦੇ ਘਰ ਨੂੰ ਜਾਣ ਵਾਸਤੇ ਦਿਸ਼ਾ ਸੂਚਕ ਇਹ ਰਾਹ ਦੱਸਦਾ ਕਿ ਉਹਨਾਂ ਦੇ ਘਰ ਨੂੰ ਜਾਣ ਵਾਲਾ ਇਹ ਰਸਤਾ ਹੈ। ਔਰ ਖੱਬੇ ਹੱਥ ਤੁਸੀਂ ਦੇਖ ਸਕਦੇ ਹੋ ਮੇਰੇ ਕਿ ਇੱਕ ਜਿਹੜਾ ਰਸਤਾ ਜਿਹੜਾ ਬਾਲਾ ਸ਼ਹੀਦ ਸ੍ਰੀ ਕਰਤਾਰ ਸਿੰਘ ਸਰਾਭਾ ਜੀ ਦੇ ਘਰ ਨੂੰ ਜਾਂਦਾ ਹੈ, ਔਰ ਰਸਤੇ ਦੀ ਉਸ ਰਸਤੇ ਦੀ ਹਾਲਤ ਇੰਨੀ ਕੁ ਨਾਜ਼ੁਕ ਆ ਕਿ ਅਸੀਂ ਦੇਖ ਸਕਦੇ ਹਾਂ ਕਿ ਉਹ ਰਸਤੇ ਦੇ ਵਿੱਚ ਗੋਡੇ ਗੋਡੇ ਜਿਹੜਾ ਪਾਣੀ ਭਰਿਆ ਹੋਇਆ, ਉੱਥੋਂ ਲੰਘਣ ਵਾਲੇ ਰਾਹਗੀਰ ਜਿਹੜੇ ਆ ਉਹਨਾਂ ਨੂੰ ਬੇਹੱਦ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਇੱਥੋਂ ਤੱਕ ਕਿ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਸ਼ਹੀਦ ਨੂੰ ਨਤਮਸਤਕ ਹੋ ਕੇ, ਉਹਨਾਂ ਨੂੰ ਲਗਭਗ ਬੜੀ ਮੁਸ਼ਕਲ ਦੇ ਨਾਲ ਅੱਗੇ ਲੰਘਦੀਆਂ, ਔਰ ਚੱਲਣ ਵਾਲਿਆਂ ਨੂੰ ਪੈਦਲ ਆਪਣੇ ਜਿਹੜੇ ਪਜਾਮੇ ਪੈਂਟਾਂ ਉਤਾਰ ਕੇ ਲੰਘਣਾ ਪੈਂਦਾ। ਔਰ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ, ਸੋ ਕਾਫੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਨੂੰ ਪੁੱਛਦੇ ਆ ਕਿ ਕਿਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਜਦੋਂ ਬਰਸਾਤਾਂ ਦਾ ਪਾਣੀ ਵੱਧ ਜਾਂਦਾ, ਇੱਥੇ ਗਿੱਟੇ ਗਿੱਟੇ ਪਾਣੀ ਜਿਹੜਾ ਆ ਜਾਂਦਾ ਗੋਡੇ ਗੋਡੇ, ਔਰ ਘਰਾਂ ਦੇ ਵਿੱਚ ਵੀ ਪਾਣੀ ਪ੍ਰਵੇਸ਼ ਕਰ ਜਾਂਦਾ ਤੇ ਇੱਥੋਂ ਲੰਘਣ ਵਾਲਿਆਂ ਨੂੰ ਬੜੀ ਮੁਸ਼ਕਲ ਆਉਂਦੀ ਹੈ। ਤੇ ਮੇਰੇ ਨਾਲ ਬਾਈ ਜੀ ਹੁਣੀ, ਇਹਨਾਂ ਨੂੰ ਪੁੱਛਦੇ ਆ ਕਿ ਆਖਿਰ ਕੀ ਸਮੱਸਿਆ ਆਉਂਦੀ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਧੰਨਵਾਦ ਤੁਹਾਡਾ ਅਜੀਤ ਵਾਲਿਆਂ ਦਾ, ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਚੱਲ ਕੇ ਸਾਡੇ ਪਿੰਡ ਆਏ ਤੇ ਸਾਡੀ ਸਮੱਸਿਆ ਲੋਕਾਂ ਦੇ ਸਾਹਮਣੇ ਲਿਆਂਦੀ ਜੀ। ਸਾਡਾ ਇਹ ਗਲੀ ਹੈ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਨੂੰ ਜਾਂਦੀ ਹੈ ਜੀ। ਕਦੋਂ ਦੀ ਇਹ ਸਮੱਸਿਆ ਹੈ ਇਹ ਜੀ? ਮਤਲਬ ਕਈ ਸਾਲ ਹੋ ਗਏ ਜੀ, ਕਈ ਸਾਲ ਹੋ ਗਏ ਜੀ। ਪਹਿਲਾਂ ਅਕਾਲੀ ਸਰਕਾਰ ਸੀ, ਉਹਨਾਂ ਨੇ ਇੱਕ ਟੋਭਾ ਬਣਾਤਾ ਜੀ। ਇਸ ਵਾਰੀ ਅਸੀਂ ਭਗਵੰਤ ਮਾਨ ਦੇ ਨਾਂ ਦੇ ਨਾਰੇ ਲਾਏ ਵੀ 25 ਸਾਲ ਰਾਜ ਕਰੇ, ਰਾਜ ਨੇ ਸਵਾਹ ਕਰਨਾ ਜੀ, ਸਾਡਾ ਬੁਰਾ ਹਾਲ ਆ। ਇਸ ਵਾਰੀ ਆਮ ਆਦਮੀ ਪਾਰਟੀ ਜਿੱਤੀ ਹੈ ਸਰਾਭੇ ਚੋਂ, ਪਰ ਉਹਨਾਂ ਨੇ ਅੱਜ ਤੱਕ ਨਾ ਉਹਦੇ ਇੰਚਾਰਜ ਹਲਕਾ ਇੰਚਾਰਜ ਨੇ ਨਾ ਕਿਸੇ ਹੋਰ ਨੇ ਸਾਡੀ ਗਲੀ ਦੀ ਕੋਈ ਸਾਨੂੰ ਪੁੱਛਿਆ ਨੀ। ਸਾਡੇ ਬਿੱਡਾਂ ਤੱਕ ਪਾਣੀ ਜਾਂਦਾ ਜੀ, ਜੀਲੀ ਲੱਗੀ ਪਈ ਆ, ਤੁਸੀਂ ਦੇਖ ਸਕਦੇ ਹੋ ਜੀ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਭਗਵੰਤ ਮਾਨ ਨੂੰ ਵੀ ਏਡੀਆਂ ਏਡੀਆਂ ਗੱਲਾਂ ਕਰਨ ਵਾਲਾ ਸਟੇਜ ਤੇ ਆ ਕੇ, ਕਰਤਾਰ ਸਿੰਘ ਸਰਾਭੇ ਸਟੇਜ ਤੇ ਆ ਕੇ ਇੰਨਾ ਬੋਲਣ ਵਾਲਾ ਬੰਦਾ ਉਹ ਅੱਜ ਦੇਖੇ ਇਹ ਸਰਾਭੇ ਦੀ ਗਲੀ ਆ, ਸਰਾਭੇ ਦੇ ਘਰ ਨੂੰ ਗਈ ਜਾਂਦੀ ਆ ਵੀ ਉਹਦਾ ਕੀ ਹਾਲ ਆ, ਆ ਜੀਲੀ ਲੱਗੀ ਆ ਤੁਸੀਂ ਆਪ ਦਿਖਾ ਦਿਓ ਜੀ। ਅੱਛਾ, ਜਦੋਂ ਬਰਸਾਤਾਂ ਦੇ ਦਿਨ ਨੇ, ਹੁਣ ਬੀਤੇ ਕੱਲ ਜਿਹੜਾ ਭਾਰੀ ਮੀਂਹ ਪੈ ਕੇ ਗਿਆ, ਔਰ ਮੈਂ ਉਹ ਵੀਡੀਓ ਵੀ ਦੇਖੀ ਆ ਜਿਹੜੀ ਤੁਸੀਂ ਜਨਤਕ ਤੌਰ ਤੇ ਸਾਂਝੀ ਕੀਤੀ ਆ, ਕਿ ਪਾਣੀ ਜਿਹੜਾ ਉਹ ਇੱਕ ਤੇਜ਼ ਵਹਾਅ ਵਾਂਗੂ ਗੁਜ਼ਰਦਾ ਜਿੱਦਾਂ ਕਿਸੇ ਦਰਿਆ ਦੇ ਵਿੱਚ ਦੀ ਲੰਘਦਾ ਹੁੰਦਾ, ਤਾਂ ਜਦੋਂ ਪਾਣੀ ਵੱਧ ਜਾਂਦਾ ਇੱਥੇ ਤੇ ਕੀ ਸਮੱਸਿਆ ਆਉਂਦੀ ਆ ਤੁਹਾਨੂੰ? ਅਸੀਂ ਤਾਂ ਇਹੀ ਅਰਜ਼ ਕਰਦੇ ਹਾਂ ਜਿਆਦਾ ਸਾਨੂੰ ਕਿਸ਼ਤੀਆਂ ਲੈ ਦੇਵੇ ਭਗਵੰਤ ਮਾਨ, ਵੀ ਅਸੀਂ ਕਿਸ਼ਤੀ ਰਾਹੀਂ ਬਾਹਰ ਨਿਕਲ ਕੇ ਆ ਜਾ ਕਰਾਂਗੇ ਜੀ। ਹੋਰ ਤਾਂ ਕੋਈ ਹੱਲ ਨਹੀਂ ਜੀ, ਜੇ ਸਾਈਕਲ ਤੇ ਆਉਣੇ ਆ, ਸਾਈਕਲ ਵੀ ਚਲਾਉਣੇ ਆ ਤਾਂ ਪਾਣੀ ਅੰਦਰ ਬਿੱਡਾਂ 'ਚ ਜਾ ਕੇ ਲੱਗਦਾ ਜੀ, ਤੇ ਤਿਲਕ ਤਿਲਕ ਕੇ ਬੱਚੇ ਸਕੂਲ ਜਾਂਦੇ ਆ ਜੀ, ਉਹਨਾਂ ਦਾ ਬੁਰਾ ਹਾਲ ਆ ਜੀ, ਰੋਜ਼ ਬੱਸ ਤੇ ਗਿੱਲੇ ਹੁੰਦੇ ਆ। ਸਾਡੀ ਤਾਂ ਹੱਥ ਜੋੜ ਕੇ ਬੇਨਤੀ ਹੈ ਵੀ ਇਹਦਾ ਹੱਲ ਕਰੋ ਕੋਈ ਜੀ। ਅਸੀਂ ਹੁਣ ਗਾਲਾਂ ਕੱਢਣ ਵੀ ਰਹਿ ਗਏ ਜੀ ਬਸ, ਹੋਰ ਤਾਂ ਕੋਈ ਹੱਲ ਨਹੀਂ ਸਾਡਾ, ਕਿਉਂਕਿ ਗਾਲਾਂ ਕੱਢਾਂਗੇ ਆਮ ਆਦਮੀ ਪਾਰਟੀ ਨੂੰ, ਕਿਉਂਕਿ ਉਹਨਾਂ ਦੀ ਸਰਕਾਰ ਆ, ਅਸੀਂ ਨਹੀਂ ਚਾਹੁੰਦੇ ਵੀ ਉਹਨਾਂ ਦਾ ਹਲਕਾ ਇੰਚਾਰਜ ਇੱਕ ਵਾਰੀ ਤਾਂ ਆ ਕੇ ਦੇਖੇ, ਉਹਨੇ ਅੱਜ ਤੱਕ ਇੱਥੇ ਆ ਕੇ ਨਹੀਂ ਦੇਖਿਆ ਜੀ। ਸਾਡੇ ਪਿੰਡ ਦੀ ਪੰਚਾਇਤ ਆ ਉਹ ਵੀ ਡਿਸਮਿਸ ਆ ਜੀ, ਬਲਾਕ ਵਾਲੇ ਆ ਉਹ ਵੀ ਨਹੀਂ ਇੱਥੇ ਆ ਰਹੇ, ਦੱਸੋ ਅਸੀਂ ਕਿਹਨੂੰ ਦੁੱਖ ਰਹੀਏ ਆਪਦਾ। ਤੇ ਇਹ ਜਿਹੜੀ ਸੜਕ ਆ, ਜਿਹੜੀ ਮੇਨ ਸੜਕ ਜਾਂਦੀ ਆ ਪਿੰਡ ਦੇ ਉੱਪਰ ਦੀ, ਇਹ ਕਿੰਨੀ ਉੱਚੀ ਆ ਇਸ ਗਲੀ ਤੋਂ ਜੀ? ਦੇਖ ਲਓ ਜੀ ਅੰਦਾਜ਼ਾ ਲਾ ਲਓ, ਪਹਿਲਾਂ ਤਾਂ ਠੀਕ ਸੀ, ਹੁਣ ਸੜਕ ਉੱਚੀ ਹੋ ਗਈ ਜੀ, ਉੱਚੀ ਹੋਣ ਨਾਲ ਨੀਵੀਂ ਹੋ ਗਈ, ਨੀਵੀਂ ਹੋਣ ਨਾਲ ਪਾਣੀ ਘਰਾਂ 'ਚ ਵੜਨ ਲੱਗ ਗਿਆ ਜੀ। ਅੱਛਾ, ਇੱਥੋਂ ਤੋਂ ਲੈ ਕੇ ਗੁਰਦੁਆਰੇ ਤੱਕ ਪਾਣੀ ਲੋਕਾਂ ਦੇ ਘਰਾਂ 'ਚ ਜਾਂਦਾ ਜੀ, ਤੁਸੀਂ ਆਪ ਜਾ ਕੇ ਦੇਖ ਸਕਦੇ ਹੋ। ਪਿੰਡ ਦੀ ਪੰਚਾਇਤ ਨੇ ਇਹ ਪਾਣੀ ਦੇ ਕੋਈ ਨਿਕਾਸ ਦਾ ਪ੍ਰਬੰਧ? ਪਿੰਡ ਦੀ ਪੰਚਾਇਤ ਕੋਲ 1 ਕਰੋੜ ਰੁਪਇਆ ਆਇਆ ਸੀ ਜੀ, ਉਹਨਾਂ ਨੇ ਇਸ ਗਲੀ ਤੇ ਲੱਗਣ ਨਹੀਂ ਦਿੱਤਾ ਕੋਈ ਵੀ ਪੈਸਾ, ਨਾ ਉਹਨਾਂ ਨੇ ਸੋਚਿਆ ਜੀ। ਇਸ ਸੰਬੰਧ ਦੇ ਵਿੱਚ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਜਾਂ ਵੀਡੀਓ ਪੇ ਰਾਹੀਂ ਕੋਈ ਪੰਜਾਬ ਸਰਕਾਰ ਨੂੰ ਲਿਖਤੀ ਸ਼ਿਕਾਇਤ ਦਰਜ ਕਰਾਈ ਆ? ਬਾਈ ਜੀ ਵੀਡੀਓ ਸਾਹਿਬ ਆਏ ਸੀ ਇੱਥੇ, ਉਹਨਾਂ ਦਾ ਮੇਰੇ ਕੋਲ ਨੰਬਰ ਵੀ ਆ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਮੁਕਸਰ ਨਹੀਂ ਦੇ ਸੀ, ਉਹਨਾਂ ਨੇ ਵਾਅਦਾ ਕੀਤਾ ਸੀ
ਵੀ ਅਸੀਂ ਇਹ ਹੱਲ ਕਰਕੇ ਜਾਵਾਂਗੇ ਵੀ ਪਿੰਡ ਦੇ ਸਾਰੇ ਪਤਵੰਤੇ ਇੱਥੇ ਹਾਜ਼ਰ ਸੀ, ਪੰਚਾਇਤ ਵੀ ਹਾਜ਼ਰ ਸੀ, ਪਰ ਕਿਸੇ ਨੇ ਨੀ ਕੋਈ ਸਾਡੇ ਹੱਲ ਕੀਤਾ ਜੀ। ਕੋਈ ਪ੍ਰਕਾਸ਼ ਕਰਾਂਗੇ ਮਤਲਬ ਕੋਈ ਡੀਸੀ ਡੂਸੀ ਡੀਸੀ ਤੱਕ ਪਹੁੰਚੇ ਹੋਏ ਜੀ, ਸਾਨੀ ਆ ਡੀਸੀ ਉਹਦੇ ਤੱਕ ਅਰਜ਼ੀਆਂ ਗਈਆਂ ਹੋਈਆਂ ਜੀ, ਉਹਨਾਂ ਨੇ ਵੀ ਸਾਡਾ ਕੋਈ ਹੱਲ ਨੀ ਕੀਤਾ ਜੀ ਹੱਲ ਤੱਕ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਰਕਾਰੀ ਅਮਲੇ ਨੂੰ ਵੀ ਸਾਡੀ ਸੁਣੋ, ਨਹੀਂ ਅਸੀਂ ਹਰ ਸਾਲ ਖੇਡਾਂ ਦੇ ਇੱਥੇ ਜਿਹੜੇ ਆਉਂਦੇ ਆ ਸਰਕਾਰੀ ਬੰਦੇ ਉਹਨਾਂ ਦਾ ਜਲੂਸ ਕੱਢਾਂਗੇ, ਚਾਹੇ ਸਾਡੇ ਗੋਲੀ ਲੱਗ ਜੇ ਜੀ, ਫਿਰ ਪੂਰੇ ਵਿਰੁੱਧ ਹੋਵਾਂਗੇ ਅਸੀਂ। ਤੇ ਇਹ ਵੀ ਜਿਹੜਾ ਪਤਾ ਲੱਗਿਆ ਕਿ ਪਿਛਲੀ 16 ਨਵੰਬਰ ਜਦੋਂ ਬਾਬਾ ਜੀ ਦਾ ਦਿਨ ਸੀ, ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਤੀ ਮੰਗ ਪੱਤਰ ਦਿੱਤਾ ਗਿਆ ਸੀ ਗਲੀਆਂ ਦੀ ਜਿਹੜੀ ਡਿਵੈਲਪਮੈਂਟ ਵਾਸਤੇ, ਉਹਦੇ ਤੇ ਕੋਈ ਸਰਕਾਰ ਨੇ ਅਮਲ ਕੀਤਾ? ਅਸੀਂ ਜੀ ਮੰਗ ਪੱਤਰ ਦਿੱਤਾ ਸੀਗਾ, ਪਰ ਉਹ ਕਹਿੰਦੇ ਵੀ ਹਾਲ ਤੱਕ ਲੋਕ ਗਲੀਆਂ ਨਾਲੀਆਂ 'ਚ ਫਸੇ ਹੋਏ ਆ। ਉਹਨਾਂ ਨੂੰ ਇਹ ਦੇਖਣਾ ਚਾਹੀਦਾ ਵੀ ਗਲੀਆਂ ਨਾਲੀ 'ਚ ਕਿਉਂ ਲੋਕ ਫਸਦੇ ਆ। ਸਾਡਾ ਹਾਲ ਦੇਖ ਲਓ ਕੀ ਹੈ, ਘਰਾਂ ਤੱਕ ਬਿੱਡਾਂ ਤੱਕ ਪਾਣੀ ਜਾਂਦਾ ਜੀ, ਅਸੀਂ ਗਲੀਆਂ ਨਾਲੀ 'ਚ ਆਪੇ ਫਸਣਾ। ਤੇ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ ਮਨਪ੍ਰੀਤ ਸਿੰਘ ਇਆਲੀ, ਉਹਨਾਂ ਨਾਲ ਸੰਪਰਕ ਬਣਾਇਆ ਤੁਸੀਂ? ਇਆਲੀ ਸਾਹਿਬ ਨੇ ਜੀ ਇੱਕ ਟੋਭਾ ਕੀਤਾ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਇੱਕ ਪਾਸੇ ਸਹੀ ਹੋਇਆ। ਇਹ ਇਸ ਟੋਭੇ ਬਾਰੇ ਉਹਨਾਂ ਨੇ ਵੀ ਨਹੀਂ ਸੋਚਿਆ ਅੱਜ ਤੱਕ, ਉਹਨਾਂ ਨੇ ਵੀ ਨਹੀਂ ਸੋਚਿਆ। ਉਹਨਾਂ ਤੱਕ ਲੋਕ ਪਹੁੰਚਦੇ ਹੀ ਆ ਜੀ, ਮੇਨ ਬੰਦੇ ਜਾਂਦੇ ਹੀ ਆ ਜੀ, ਉਹਨਾਂ ਦੇ ਮੇਨ ਬੰਦੇ ਵੀ ਹੈਗੇ ਸਰਾਂ ਪੇਜ, ਪਰ ਉਹਨਾਂ ਨੇ ਵੀ ਨਹੀਂ ਹਾਲ ਤੱਕ ਕੋਈ ਸਾਡਾ ਹਾਲ ਸੋਚਿਆ ਜੀ, ਮਤਲਬ ਕਿਸੇ ਨੇ ਨਹੀਂ ਸੋਚਿਆ ਜੀ। ਪਰ ਗੱਲ ਖਤਮ ਆ ਜੀ, ਅਗਲੇ ਲੋਕ ਹੱਸ ਕੇ ਲੰਘ ਜਾਂਦੇ ਵੀ ਕੋਈ ਨੀ ਹੋ ਜੂ, ਐ ਕਹਿ ਕੇ ਲੰਘ ਜਾਂਦੇ ਆ ਜੀ ਬਸ। ਇਸ ਗਲੀ ਤੋਂ ਬਿਨਾਂ ਜਿਹੜੀ ਇਹ ਪ੍ਰਮੁੱਖ ਗਲੀ ਆ ਜਿਹੜੀ ਇਹ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਘਰ ਨੂੰ ਜਾਂਦੀ ਹੈ, ਇਸ ਗਲੀ ਤੋਂ ਬਿਨਾਂ ਹੋਰ ਵੀ ਗਲੀਆਂ ਨੇ ਜਿੱਥੇ ਪਾਣੀ ਖੜ ਜਾਂਦਾ ਜੀ? ਸਾਨੂੰ ਤਾਂ ਮੇਨ ਇਹੀ ਗਲੀ ਆ ਨਾ ਜੀ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਆਪਦੀ ਕੁਰਬਾਨੀ ਦਿੱਤੀ ਦੇਸ਼ ਦੀ ਖਾਤਰ, ਜੇ ਉਹੀ ਗਲੀ ਠੀਕ ਨੀ ਤਾਂ ਬਾਕੀਆਂ ਗਲੀਆਂ ਦਾ ਕੀ ਹਾਲ ਆ, ਇਹ ਲੋਕ ਜਾਣਦੇ ਆ ਜੀ ਸਾਰੇ। ਬਿਲਕੁਲ, ਤੇ ਆ ਜਦੋਂ ਬਰਸਾਤਾਂ ਦਾ ਪਾਣੀ ਅਸੀਂ ਦੇਖ ਸਕਦੇ ਹਾਂ, ਹੁਣ ਬਰਸਾਤ ਦਾ ਪਾਣੀ ਇੱਥੋਂ ਲੰਘਦੇ ਆ ਬਦਬੋ ਮਾਰਦੀ ਆ, ਤੇ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਕੋਈ ਬਿਮਾਰੀਆਂ ਦਾ ਵੀ ਖਦਸ਼ਾ ਹੋ ਸਕਦਾ ਪੈਦਾ? ਮੈਂ ਬਾਹਲੇ ਲੋਕਾਂ ਦਾ ਨਹੀਂ ਜਾਣਦਾ ਜੀ, ਮੇਰੀ ਘਰ ਵਾਲੀ ਦੇ ਆਪਦੀ ਦੇ ਪੈਰ ਖਰਾਬ ਹੋ ਗਏ ਜੀ। ਅੱਛਾ, ਸਿਰਫ ਇਸ ਗੰਦੇ ਪਾਣੀ ਕਰਕੇ ਜੀ। ਉਹਨੇ ਸਵੇਰੇ ਸਕੂਲ ਜਾਣਾ ਹੁੰਦਾ, ਪ੍ਰਾਈਵੇਟ ਸਕੂਲ ਪੜ੍ਹਾਉਂਦੀ ਆ, ਤਾਂ ਅਸੀਂ ਕੀ ਕਿਹਦੇ ਕੋਲ ਰੋਈਏ ਜੀ? ਅਸੀਂ ਤਾਂ ਕਹਿੰਦੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਗਲੀ ਜਾਂਦੀ ਆ ਜੀ, ਇਹਦਾ ਹੱਲ ਹੋ ਜੇ ਬਸ। ਸਾਡੀ ਹੱਥ ਜੋੜ ਕੇ ਬੇਨਤੀ ਆ ਜੀ, ਚਾਹੇ ਕੋਈ ਵੀ ਸਰਕਾਰ ਹੋਵੇ, ਕੋਈ ਵੀ MLA ਹੋਵੇ, ਸਾਨੂੰ ਸਾਰੇ ਮਨਜ਼ੂਰ ਆ ਜੀ, ਸਾਡੀ ਇਹ ਬੇਨਤੀ ਕਬੂਲ ਕਰ ਲਓ ਬਸ, ਸਾਡੀ ਇਹ ਗਲੀ ਠੀਕ ਕਰ ਦਿਓ ਬਸ ਜੀ। ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ। ਬਾਬਾ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਜਗਤਾਰ ਸਿੰਘ ਆ ਜੀ। ਤੇ ਬਾਬਾ ਜੀ ਤੁਹਾਡਾ ਘਰ ਵੀ ਇਸ ਗਲੀ ਦੇ ਵਿੱਚ ਹੀ ਆ? ਹਾਂ, ਮੇਰਾ ਘਰ ਆ ਸਾਹਮਣੇ ਆ ਜੀ, ਆ ਦੇਖੋ। ਅੱਛਾ ਜੀ, ਉਹ ਸਾਹਮਣੇ ਦੇਖੋ ਜੀ, ਉਹ ਕੰਧ ਡਿੱਗਣ ਵਾਲੀ ਆ, ਉਹ ਕਿੱਡੀ ਤੇਲ ਆਈ ਹੋਈ ਆ। ਇੱਥੇ ਸਾਡੀਆਂ ਬੁੜੀਆਂ ਧਾਰ ਕੱਢਣ ਆਉਂਦੀਆਂ, ਉਹਨਾਂ ਦੇ ਵੀ ਪੈਰ ਗਲ ਗਏ। ਅੱਛਾ ਜੀ, ਪਾਣੀ ਦੇ ਵਿੱਚ ਹੀ ਜਾ ਕੇ ਧਾਰ ਕੱਢਦੇ ਆ। ਚਲੋ ਮੈਂ ਤਾਂ ਫਿਰ ਵੀ ਲੰਘ ਜਾਂਦਾ, ਉਹ ਉਹਨਾਂ ਨੂੰ ਇੰਨੀ ਮੁਸੀਬਤ ਆ ਜਾਂਦੀ ਆ ਕਿ ਉਹ ਧਾਰ ਕੱਢਣ ਵੀ ਨਹੀਂ ਆਉਂਦੀਆਂ। ਬਿਲਕੁਲ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਜਿਹੜਾ ਪਸ਼ੂ ਡੰਗਰ ਵਾਲਾ ਇਹ ਬਾਹਰਲਾ ਘਰ ਆ, ਤੇ ਇੱਥੇ ਇਹਨਾਂ ਦਾ ਆਉਣ ਜਾਣ ਅਕਸਰ ਰਹਿੰਦਾ, ਤੇ ਜਦੋਂ ਇਹਨਾਂ ਦਾ ਆਉਣ ਜਾਣ ਰੋਜ਼ਾਨਾ 4-5 ਵਾਰ ਰਹਿੰਦਾ ਦਿਨ ਦੇ ਵਿੱਚ, ਤੇ ਸਮੱਸਿਆ ਇਹਨਾਂ ਵਾਸਤੇ ਵੀ ਬਹੁਤ ਵੱਡੀ ਆ। ਬਾਬਾ ਜੀ ਕਦੇ ਤੁਸੀਂ ਪਿੰਡ ਦੀ ਪੰਚਾਇਤ ਨੂੰ ਜਾਂ ਕਿਸੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਨੂੰ ਸਾਂਝੇ ਤੌਰ ਤੇ ਮਿਲੇ ਹੋ ਇਸ ਗਲੀ ਦੀ? ਬਹੁਤ ਮਿਲੇ ਆ ਜੀ, ਕੋਈ ਨੀ ਸੁਣਦਾ, ਕੋਈ ਵੀ ਸੁਣਾਈ ਨੀ ਸਾਡੀ ਹੈਗੀ। ਇਹ ਕਰਤਾਰ ਸਿੰਘ ਸਰਾਭੇ ਦੀ ਬਰਸੀ ਤੇ ਆਪਣੇ ਆਏ ਸੀ ਉਹ ਦੂਜੇ। ਅੱਛਾ, ਉਹ ਵੀ ਕਹਿੰਦੇ ਸੀ ਬਈ 16 ਨਵੰਬਰ ਤੋਂ ਬਾਅਦ 17 ਤਰੀਕ ਨੂੰ ਅਸੀਂ ਇਹ ਕੰਮ ਸ਼ੁਰੂ ਕਰਾਂਗੇ, ਕੋਈ ਨੀ ਸੁਣਾਈ। ਉਦੋਂ ਬਾਅਦ ਪਰਚੀ ਮਨਾ ਕੇ ਚਲੇ ਗਏ। ਅੱਛਾ ਜੀ, ਉਦੋਂ ਬਾਅਦ ਕੋਈ ਨੀ ਸੁਣਾਈ ਕੀਤੀ। ਹਾਂ, ਇਹ ਕਰਕੇ ਬਈ ਸਾਨੂੰ ਬਹੁਤ ਮੁਸ਼ਕਲ ਆ। ਸ਼ਬੀਰ ਜੀ ਇੱਕ ਹੋਰ ਨਾਲ ਨੇ, ਇਹਨਾਂ ਦੀ ਵੀ ਬਹੁਤ ਵੱਡੀ ਸਮੱਸਿਆ ਵੀ ਦੱਸ ਰਹੇ ਸੀ ਕਿ ਇਹਨਾਂ ਦੀ ਇੱਥੇ ਦੁਕਾਨਾਂ ਨੇ ਤੇ ਲਗਭਗ
ਜਿੰਨੇ ਜਦੋਂ ਬਰਸਾਤ ਹੁੰਦੀ ਆ ਤਾਂ ਇਹਨਾਂ ਨੂੰ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟਣੇ ਪੈਂਦੇ ਨੇ ਤੇ ਇਹਨਾਂ ਦੇ ਘਰਾਂ ਦਾ ਜਿਹੜਾ ਰੋਜੀ ਰੋਟੀ ਦਾ ਜਿਹੜਾ ਮੇਨ ਸਾਧਨ ਆ ਉਹ ਦੁਕਾਨਾਂ ਨੇ ਹਰ ਰੋਜ਼ ਕਮਾ ਕੇ ਖਾਣ ਵਾਲੇ ਨੇ। ਗੱਲਬਾਤ ਕਰਦੇ ਇਹਨਾਂ ਦੇ ਨਾਲ। ਬਾਈ ਜੀ ਕੀ ਨਾਂ ਤੁਹਾਡਾ? ਅੱਛਾ ਅੱਛਾ, ਤੇ ਕਾਹਦੀ ਦੁਕਾਨ ਆ ਤੁਹਾਡੀ ਉੱਧਰ? ਮੇਰੇ ਇੱਕ ਤਾਂ ਇਹ ਮੋਬਾਈਲ ਰਿਪੇਅਰ ਦੁਕਾਨ ਆ ਜੀ, ਦੂਜੀ ਆ ਜੀ ਇਹ ਕੱਪੜੇ ਦੀ ਦੁਕਾਨ। ਜਿਹੜਾ ਪਾਣੀ ਖੜਦਾ ਦੇਖ ਲਓ, ਸ਼ੀਸ਼ੇ ਦੇ ਥੱਲੇ ਦਰਵਾਜ਼ੇ ਥੱਲੇ ਕਾਗਜ਼ ਲਾਉਣਾ ਪੈਂਦਾ। ਅੱਛਾ ਜੀ, ਘਰ ਵੀ ਨਾ ਪਾਣੀ ਦਾ ਅੰਦਰ ਨਿਕਲ ਜਾਂਦਾ, ਕੋਈ ਗੱਡੀ ਨਿਕਲਦੀ ਆ ਉਹਦਾ ਫਿਰ ਗਾਹਾਂ ਤੇ ਬੁਰਾ ਹਾਲ ਹੋ ਜਾਂਦਾ ਇਹਨਾਂ ਦੇ। ਇੱਥੇ ਜਦ ਪਹਿਲਾਂ ਅਸੀਂ ਵੀਡੀਓ ਸਾਹਿਬ ਨਾਲ ਵੀ ਗੱਲ ਹੋਈ ਜਦੋਂ, ਉਹਨਾਂ ਨੇ ਮਿਹਨਤੀ ਗਿਣਤੀ ਸਾਰੀ ਕੀਤੀ ਆ, ਕਹਿੰਦੇ ਵੀ ਆਹ ਬਸ ਆਹ ਚਲੇ ਜਾਣਗੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ, ਇਦੋਂ ਬਾਅਦ ਤੁਹਾਡਾ ਕੰਮ ਤੁਹਾਡਾ 17 ਤਰੀਕ ਤੋਂ ਬਾਅਦ ਸਟਾਰਟ ਕਰ ਦੇਣਾ ਸੀ। ਅੱਛਾ ਜੀ, ਮੁੜ ਕੇ ਵਰਸੀ ਆਉਣ ਵਾਲੀ ਆ, ਮੁੜ ਕੇ ਨਾ ਉਹਨਾਂ ਨੇ ਦਰਸ਼ਨ ਦਿੱਤੇ ਆ। ਜਿਹੜੀ ਪੰਚਾਇਤ ਆ, ਪੰਚਾਇਤ ਘੱਟੋ ਘੱਟ 3-4 ਗੱਲਾਂ ਹੀ ਵੇਰਵਾ ਪੈ ਚੁੱਕਿਆ ਵੀ ਅਸੀਂ ਇਹ ਕੰਮ ਕਰਾਂਗੇ, ਉਹ ਪੰਚਾਇਤ ਵਾਲੇ ਵੀ ਕੁਛ ਨਹੀਂ ਕਰਦੇ। ਅਲੀ ਸਾਹਿਬ ਦੀ ਤੁਸੀਂ ਗੱਲ ਕੀਤੀ, ਅਲੀ ਸਾਹਿਬ ਨੂੰ ਅਸੀਂ ਖੁਦ ਰੋਕਿਆ ਇੱਥੇ ਪਾਣੀ ਦੇ ਵਿੱਚ ਮੇਰੇ ਪਿਤਾ ਜੀ ਨੇ, ਵੀ ਆਹ ਹਾਲ ਦੇਖ ਲਓ ਕੀ ਹਾਲ ਹੋਇਆ ਜੀ ਇੱਥੇ। ਬਿਲਕੁਲ, ਤੇ ਉਹ ਵੀ ਕਹਿੰਦੇ ਹੋ ਜੂਗਾ, ਪਰ ਕਿਸੇ ਨੇ ਕੁਛ ਨਹੀਂ ਕੀਤਾ। ਆਹ ਹਾਲ ਦੇਖ ਲਓ ਕੀ ਹਾਲ ਆ, ਸਾਡੀ ਰੋਜੀ ਰੋਟੀ ਹੈ ਤੇ ਸਾਡੇ ਕੋਲ ਕੋਈ ਜ਼ਮੀਨ ਆ? ਬਿਲਕੁਲ ਬਿਲਕੁਲ, ਵੀ ਜੇ ਜ਼ਮੀਨ ਦੇ ਸਿਰ ਤੇ ਚੱਲ ਭਾਈ ਸਾਡਾ ਮਾਮਲਾ ਆ ਜੂਗਾ, ਚੱਲ ਜੂਗਾ, ਅਸੀਂ ਦੁਕਾਨਾਂ ਖੋਲਦੀਆਂ ਤਾਂ ਸਾਡੇ ਚੁੱਲ੍ਹਾ ਜਾਊਗਾ ਚੱਲਣਾ। ਦੁਕਾਨਾਂ ਮੀਂਹ ਪੈ ਗਿਆ ਤਾਂ ਇੱਕ ਦਿਨ ਮੀਂਹ ਘੰਟਾ ਠੋਕ ਕੇ ਪੈਂਦਾ, 4 ਦਿਨ ਸਾਡੀਆਂ ਦੁਕਾਨਾਂ ਬੰਦ ਨੇ। 4 ਦਿਨ ਦੁਕਾਨਾਂ ਬੰਦ ਨੇ, ਸਾਡੀ ਰੋਜੀ ਰੋਟੀ ਸਾਰੀ ਬੰਦ ਹੋ ਜਾਂਦੀ ਹੈ। ਸਾਰਿਆਂ ਨੂੰ ਰੋ ਪੈਟ ਕੇ ਕਿੰਨੇ ਹੱਥ ਪੈਰ ਵਿੱਚ ਜੋੜੇ ਅਸੀਂ ਵੀ ਸਾਡਾ ਕੋਈ ਹੱਲ ਕਰੋ, ਪਰ ਕੋਈ ਵੀ ਹੱਲ ਨਹੀਂ ਹੋ ਰਿਹਾ। ਹੁਣ ਤਾਂ ਭਗਵੰਤ ਮਾਨ ਸਰ ਤੇ ਆ, ਜੇ ਕੋਈ ਕਰ ਸਕਦਾ ਠੀਕ ਆ, ਨਹੀਂ ਤਾਂ ਫਿਰ ਗਾਹਾਂ ਕੀ ਕਰ। ਸੋ ਬਾਬਾ ਜੀ ਦੀ ਬਰਸੀ ਆ ਜਿਹੜੀ ਫੇਰ ਦੁਬਾਰਾ ਆਉਣ ਵਾਲੀ ਆ, 2 ਕੁ ਮਹੀਨੇ ਦਾ ਵਕਫਾ ਜਿਹੜਾ ਬਾਕੀ ਰਹਿ ਗਿਆ, ਔਰ ਉਸ ਤੋਂ ਪਹਿਲਾਂ ਇਹ ਸੜਕ ਦੇ ਜਿਸ ਤਰ੍ਹਾਂ ਇਹ ਗਲੀ ਦੇ ਹਾਲ ਨੇ ਉਹ ਜਿਹੜੇ ਦੇਖਣ ਯੋਗ ਨਹੀਂ ਹੈ, ਪਰ ਬਾਈ ਜੀ ਜਿਸ ਤਰ੍ਹਾਂ 2 ਮਹੀਨੇ ਦਾ ਸਮਾਂ ਬਾਕੀ ਰਹਿ ਗਿਆ, ਹਾਂਜੀ ਹਾਂਜੀ, ਤੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ 2 ਕੁ ਮਹੀਨੇ ਦੇ ਵਿੱਚ ਇਹਦਾ ਹੱਲ ਕੋਈ ਨਿਕਲ ਸਕਦਾ? ਜੇ ਨਾ ਹੋਇਆ ਕੰਮ ਜੀ ਤਾਂ ਭਗਵੰਤ ਮਾਨ ਜਾਂ ਕੋਈ ਹੋਰ ਸਰਕਾਰੀ ਅਮਲਾ ਖੇਡਾਂ ਤੇ ਨਾ ਆਵੇ, ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਕਿਉਂਕਿ ਅਸੀਂ ਉਹ ਹੋਣਗੇ ਤਾਂ ਅਸੀਂ ਇੱਥੇ ਘੇਰਾਂਗੇ ਜੀ, ਘੇਰ ਕੇ ਅਸੀਂ ਨਾਕਾ ਲਾਵਾਂਗੇ, ਉਹਨਾਂ ਦਾ ਜਲੂਸ ਨਿਕਲੂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਨਾ ਹੀ ਆਵੇ ਤਾਂ ਚੰਗੀ ਗੱਲ ਆ, ਜੇ ਆਉਣਾ ਤਾਂ ਇਹਦਾ ਕੋਈ ਹੱਲ ਕੀਤਾ ਜਾਵੇ ਜੀ ਬਸ। ਤੇ ਇੱਕ ਨਾਲ ਟੋਭਾ ਜੀ, ਬਿਲਕੁਲ ਛੋਟਾ ਟੋਭਾ, ਚਾਹੇ ਸਕੂਲ ਨੂੰ ਦੇ ਦੇਣ, ਚਾਹੇ ਪਾਰਕ ਨੂੰ ਦੇਣ, ਕਿਸੇ ਨੂੰ ਦੇ ਦੇਣ ਜੀ, ਇਹਦਾ ਹੱਲ ਹੋਣਾ ਚਾਹੀਦਾ ਟੋਭੇ ਦਾ। ਅਸੀਂ ਇਹ ਟੋਭੇ ਕਰਕੇ ਬਾਹਲੇ ਦੁਖੀ ਹਾਂ, ਤਾਂ ਕਰਕੇ ਪਾਣੀ ਖੜਦਾ ਜੀ, ਕਿਉਂਕਿ ਟੋਭਾ ਖਿੱਚ ਨਹੀਂ ਰਿਹਾ, ਟੋਭਾ ਬਿਲਕੁਲ ਛੋਟਾ। ਇਹਦਾ ਹੱਲ ਕੀਤਾ ਜਾਵੇ ਪਾਈਪਾਂ ਪਾ ਕੇ, ਚਾਹੇ ਵੱਡੇ ਟੋਭੇ ਨੂੰ ਪਾਇਆ ਜਾਵੇ, ਚਾਹੇ ਇਹਦੇ ਲਈ ਟੋਭੇ ਨੂੰ ਪਾਇਆ ਜਾਵੇ, ਇਹ ਹੱਲ ਹੋ ਸਕਦਾ ਜੀ, ਕਿਉਂਕਿ ਸਾਰਾ ਅਮਲਾ ਸਰਕਾਰੀ ਅਮਲਾ ਇਹ ਰਿਜ਼ਲਟ ਕੱਢ ਕੇ ਗਿਆ ਵੀ ਅਸੀਂ ਆਪ ਕਰ ਸਕਦੇ ਹਾਂ ਹੱਲ, ਪਰ ਅੱਜ ਤੱਕ ਉਹ ਆਏ ਨਹੀਂ, ਵਾਪਸ ਨਹੀਂ ਆਏ। ਹਾਲਾਂਕਿ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਆਲੀ ਨੇ ਜਿਹੜਾ ਛੱਪੜ ਨਾਲ ਲੱਗਦਾ ਹੈ ਉਹਦੇ ਵਿੱਚ ਇੱਕ ਟ੍ਰੀਟਮੈਂਟ ਪਲਾਂਟ ਵੀ ਲਗਾ ਕੇ ਦਿੱਤਾ ਸੀ ਇਹਨਾਂ ਨੂੰ, ਤੇ ਉਹ ਟ੍ਰੀਟਮੈਂਟ ਪਲਾਂਟ ਜਿਹੜਾ ਆ ਅਕਾਲੀ ਸਰਕਾਰ ਜਾਣ ਤੋਂ ਬਾਅਦ ਜਿਹੜਾ ਹੈ ਉਹ ਉੱਥੇ ਦਾ ਉੱਥੇ ਖੜਾ, ਤੇ ਇਹ ਵੀ ਆਖਿਆ ਜਾ ਰਿਹਾ ਕਿ ਉਹ ਟ੍ਰੀਟਮੈਂਟ ਪਲਾਂਟ ਦੀ ਜਿਹੜੀ ਮੇਨਟੇਨੈਂਸ ਨਹੀਂ ਹੋ। ਸੋ ਸੁਰਿੰਦਰਪਾਲ ਜੀ ਦਾ ਅਸੀਂ ਦਰਦ ਸਮਝ ਸਕਦੇ ਹਾਂ, ਔਰ ਇਹਨਾਂ ਨੇ ਇਹ ਦਰਦ ਮਹਿਸੂਸ ਕੀਤਾ ਕਿ ਕਰਸੀਦ ਕਰਤਾਰ ਸਿੰਘ ਸਰਾਭਾ ਕਿਸੇ ਖਾਸ ਰਾਜਨੀਤਿਕ ਪਾਰਟੀ ਦੇ ਨਹੀਂ, ਕਿਸੇ ਫਿਰਕੇ ਦੇ ਨਹੀਂ, ਕਿਸੇ ਕੌਮ ਦੇ ਨਹੀਂ, ਉਹ ਸਮੁੱਚੇ ਦੇਸ਼ ਦੇ ਸ਼ਹੀਦ ਨੇ। ਇਸ ਕਰਕੇ ਉਹਨਾਂ ਦੀ ਖਾਸ ਯਾਦਗਾਰ ਨੂੰ ਜਾਂਦੀ ਹੈ ਜਿਹੜੀ ਗਲੀ, ਭਾਵੇਂ ਲੋਕਾਂ ਦੀ ਵੀ ਸਮੱਸਿਆ, ਲੰਘਣਾ ਤਾਂ ਲੋਕਾਂ ਨੇ ਆ, ਸਰਾਭਾ ਜੀ ਨੇ ਤਾਂ ਇਸ ਗਲੀ ਦੇ ਵਿੱਚੋਂ ਦੀ ਨਹੀਂ ਲੰਘਣਾ, ਉਹਨਾਂ ਦੇ ਘਰ ਨੂੰ ਜਾਂਦੀ ਹੈ ਇਸ ਗਲੀ ਜਿਹੜੀ ਹੈ ਦੀ ਹਾਲਤ ਜਿਹੜੀ ਸਾਡੀ ਸਾਡੇ ਦੇਸ਼ ਦੀ ਰਾਜਨੀਤੀ ਦੇ ਉੱਤੇ, ਸਾਡੇ ਪੰਜਾਬ ਦੀ ਸਰਕਾਰ ਦੇ ਉੱਤੇ, ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਾਡੇ ਨਗਰ ਪੰਚਾਇਤ ਪਿੰਡ ਦੀ ਪੰਚਾਇਤ ਦੇ ਮੱਥੇ ਦੇ ਉੱਤੇ ਇੱਕ ਬਹੁਤ ਵੱਡੀ ਕਾਲਕ ਹੈ। ਜਗਰਾਓ ਤੋਂ ਕੈਮਰਾਮੈਨ ਭੁਪਿੰਦਰ ਸਿੰਘ ਮੌਲੀ ਦੇ ਨਾਲ ਕੁਲਦੀਪ ਸਿੰਘ ਲੋਟ, ਅਜੀਤ ਵੈਬ ਟੀਵੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।